ਤਰਪਾਲ ਸਿੰਘ ਮੋਲੋਵਾਲੀ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਉਹਨਾਂ ਨੂੰ ਬੇਨਤੀ ਆ ਵੀ ਉਹ ਸਟੇਜ ਤੇ ਆਉਣ ਤੇ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰਨਾ ਸੁਵਿੰਦਰ ਸਿੰਘ ਮੋਲੋਵਾਲੀ ਆਓ ਜੀ ਸ੍ਰੀਮਾਨ ਜੀ ਸਤਿਕਾਰਯੋਗ ਪੰਜਾਬ ਪੰਡਾਲ 'ਚ ਬੈਠੇ ਭਾਰਤ ਪੱਧਰ ਦੇ ਘੋਲਕਾਰੇ ਕਿਸਾਨ ਵੀਰਿਓ ਮਜ਼ਦੂਰੋ ਮੇਰੀਓ ਭੈਣੋ ਆਪਾਂ ਇਹ ਘੋਲ ਨੂੰ ਸੰਸਾਰ ਪੱਧਰ ਤੇ ਕਰਨ ਵਿੱਚ ਕਾਮਯਾਬ ਹੋ ਗਏ ਹਾਂ ਇਹ ਤੁਹਾਡਾ ਸਾਰਿਆਂ ਦਾ ਸੰਯੁਕਤ ਮੋਰਚੇ ਦਾ ਆਗੂਆਂ ਦਾ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਸ਼ਾਬਾਸ਼ ਅਗਲੀ ਗੱਲ ਮੈਂ ਦੋ ਤਿੰਨ ਨੁਕਤੇ ਰੱਖਣੇ ਆ ਇੱਕ ਤੇ ਆ ਕਿ ਸਾਡੇ ਇੱਥੇ ਜੋ ਮੈਂ ਸਰਵੇ ਕੀਤੇ ਅਸੀਂ ਜਥੇਬੰਦੀਆਂ ਨੂੰ ਸਾਡੇ ਕੋਲ 190 ਛੋਟੇ ਵੱਡੇ ਲੰਗਰ ਨੇ ਜਿਹੜੀ ਮੈਂ ਪਹਿਲਾਂ ਅਪੀਲ ਕਰਨਾ ਚਾਹੁੰਦਾ ਉਹ 190 ਨੇ ਲੰਗਰ ਘਰ ਤੇ ਉਹਨਾਂ ਤੇ 4000 ਤੋਂ ਲੈ ਕੇ 2000 ਤੱਕ ਸਾਡਾ ਪੋਲੀਥਨ ਦੇ ਸਮਾਨ ਜਿਹੜਾ ਉਹ ਲੱਗਦਾ ਜਿਹੜਾ ਰਾਸ਼ਨ ਜਿਹ 'ਚ ਅਸੀਂ ਖਾਂਦੇ ਹਾਂ ਗਲਾਸ ਹੈ ਪਲੇਟ ਹੈ ਤੇ ਉਹ ਮਤਲਬ ਕਹਿਣ ਦਾ ਮਕਸਦ 4000 ਰੁਪਈਆ ਖਰਚ ਆਉਂਦਾ ਰੋਜ਼ 4 ਮਤਲਬ ਘੋਤੇ ਤੁਸੀਂ 2000 ਹੀ ਲਾ ਲਓ ਇਹਦਾ ਮਤਲਬ 4 ਲੱਖ ਦਾ ਅਸੀਂ ਉੱਥੇ ਸਮਾਨ ਦਾ ਖਰਚਾ ਕਰ ਰਹੇ ਹਾਂ ਸਿਰਫ ਪਲੇਟ ਗਲਾਸ ਵਰਤਣ 'ਤੇ ਮੇਰੀ ਸਟੇਜ ਤੋਂ ਅਪੀਲ ਹੈ ਕੁੱਲ ਲੀਡਰਸ਼ਿਪ ਨੂੰ ਕੁੱਲ ਘੋਲਕਰਤਾ ਨੂੰ ਅਤੇ ਕੁੱਲ ਘੋਲ 'ਚ ਆਉਣ ਵਾਲੇ ਮਾਵਾਂ ਭੈਣਾਂ ਨੂੰ ਕਿ ਜੇ ਅਸੀਂ ਐਲਾਨ ਕਰ ਦਈਏ ਆਪਣੇ ਪਿੰਡ 'ਚ ਵੀ ਇੱਕ ਗਲਾਸ ਇੱਕ ਥਾਲੀ ਜਾਂ ਕੌਲੀ ਤੇ ਚਮਚਾ ਲੈ ਕੇ ਜਾਣਾ ਬਈ ਤੇ 4 ਲੱਖ ਡੇਲੀ ਦਾ ਜਿਹੜਾ ਖਰਚਾ ਹੈ ਤੇ ਗੰਦ ਪੈਣ ਤੋਂ ਵੀ ਬਚ ਸਕਦੇ ਹਾਂ ਅਸੀਂ ਇਹ ਬਚਾਇਆ ਜਾ ਸਕਦਾ ਹੈ ਇੱਕ ਤੇ ਮੇਰੀ ਅਪੀਲ ਇਹ ਹੈ ਦੂਸਰੀ ਮੇਰੀ ਅਪੀਲ ਹੈ ਕਿ ਜਿਹੜੀ ਥੱਲੇ ਸਫਾਈ ਕਰਨ ਵਾਸਤੇ ਸਾਡੇ ਕਮੇਟੀ ਕਰੂੰ ਅਸੀਂ ਸਾਰੇ ਕਮੇਟੀ ਇੱਧਰੋਂ ਲਾਏ ਹੋਏ ਨੇ ਜੇ ਅਸੀਂ ਸਾਰੇ ਜਣੇ ਸਾਡਾ ਲੰਮਾ ਸਮਾਂ ਇੱਥੇ ਬੈਠੇ ਹਾਂ 4 ਮਹੀਨੇ ਦੇ ਲਗਭਗ 3.5 ਮਹੀਨੇ ਹੋ ਹੀ ਗਏ ਨੇ ਆਪਾਂ ਇਹਨੂੰ ਆਪਣਾ ਘਰ ਬਣਾਇਆ ਬਹੁਤ ਕੁਛ ਇੱਥੇ ਬਿਲਡਿੰਗਾਂ ਸਾਰੀ ਕਰਨ ਨਾਲ ਵੱਧ ਰਹੇ ਹਾਂ ਮੇਰੀ ਬੇਨਤੀ ਹੈ ਸਫਾਈ ਵੱਲ ਵੀ ਖਿਆਲ ਰੱਖੀਏ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਇਹ ਹੈ ਮੇਰੀ ਬੇਨਤੀ ਦੋਸਤੋ ਮੇਰੇ ਭੈਣੋ ਮੇਰੇ ਭਰਾਓ ਕਿ ਸਾਡੇ ਜ਼ਮੀਨੀ ਮਸਲਾ ਉਹ ਜ਼ਮੀਨੀ ਅੰਕੜੇ ਮੈਂ ਤੁਹਾਡੇ ਨਾਲ ਰੱਖਾਂਗਾ ਇਹ ਮਸਲਾ ਹੈ ਕੀ ਹੈ ਮੋਦੀ ਖਾਨਾ ਕਿੱਧਰ ਨੂੰ ਚਾਹੁੰਦਾ ਅਸੀਂ ਕਿੱਧਰ ਨੂੰ ਜਾਣਾ ਚਾਹੁੰਦੇ ਸੀ ਭਾਰਤ ਅੰਦਰ ਲਗਭਗ 80,000 ਕਰੋੜ ਏਕੜ ਜ਼ਮੀਨ ਹੈ ਜੇ ਮੋਦੀ ਦਾ ਕੋਈ PA ਕੋਈ CID ਦਾ ਪ੍ਰਬੰਧਕ ਇੱਥੇ ਬੈਠਾ ਹੈ ਸਾਡੀ ਗੱਲ ਸੁਣ ਲੈ ਜਿਹੜਾ ਕਹਿੰਦਾ ਜੱਟਾਂ ਨੂੰ ਕੋਈ ਪਤਾ ਨਹੀਂ ਹੈਗਾ 80,000 ਏਕੜ ਜ਼ਮੀਨ ਹੈ ਕਰੋੜ ਏਕੜ ਉਹ 'ਚੋਂ 40,000 ਕਰੋੜ ਏਕੜ ਜ਼ਮੀਨ ਜਿਹੜੀ ਹੈ ਉਹ ਵਾਹੁਣ ਯੋਗ ਨਹੀਂ ਹੈਗੀ ਉਹ 'ਚ ਸਮੁੰਦਰ ਨੇ ਦਰਿਆ ਵਾ ਜੰਗਲ ਆ ਸੜਕਾਂ ਨੇ ਨਦੀਆਂ ਨੇ ਬਿਲਡਿੰਗਾਂ ਨੇ ਉਹ ਜ਼ਮੀਨ ਵਾਹੁਣ ਯੋਗ ਨਹੀਂ ਹੈਗੀ ਅਤੇ ਜਿਹੜੀ 40,000 ਕਰੋੜ ਏਕੜ ਵਾਹੁਣ ਯੋਗ ਜ਼ਮੀਨ ਹੈ ਉਹਦੇ 'ਚ ਸਾਡੀ ਪੁਜੀਸ਼ਨ ਕੀ ਹੈ ਇਹ ਮੈਂ ਤੁਹਾਡੇ ਗੜੀ ਰੱਖਣਾ ਚਾਹੁੰਦਾ ਅਤੇ ਮੋਦੀ ਗੜੀ ਵੀ ਰੱਖਣੀ ਚਾਹੁੰਦਾ ਮਿੱਤਰ ਪਿਆਰੇ ਉਹ ਮੇਰੇ ਭੈਣੋ ਬੜੀ ਸਪਸ਼ਟ ਜੀ ਗੱਲ ਹੈ 70 ਕਰੋੜ ਲੋਕ 130 ਕਰੋੜ ਲੋਕਾਂ 'ਚੋਂ 70 ਕਰੋੜ ਲੋਕਾਂ ਕੋਲ ਕੋਈ ਜ਼ਮੀਨ ਨਹੀਂ ਵੱਡੇ ਸਗੋਂ ਕੋਈ ਘਰ ਨਹੀਂ ਉਹ ਕਿਰਾਏ 'ਤੇ ਨੇ ਕਿਰਾਏ 'ਤੇ ਰੇਲਵੇ ਸਟੇਸ਼ਨਾਂ ਸੌਂਦੇ ਨੇ ਜਾਂ ਬਹੁਤ ਜਿਹੇ ਥਾਂ ਸੌਂਦੇ ਨੇ ਜਾਂ ਛੋਟੇ ਛੋਟੇ ਪਿੰਡਾਂ 'ਚ ਝੌਂਪੜੀਆਂ ਬਣਾਈਆਂ ਹੋਈਆਂ ਨੇ 7,77,000 ਪਿੰਡ ਨੇ ਭਾਰਤ ਦੇ 7,77,000 ਪਿੰਡਾਂ 'ਚ ਜੇ ਤੁਸੀਂ ਜਾ ਕੇ ਵੇਖੋ ਤਾਂ ਛੋਟੀਆਂ ਛੋਟੀਆਂ ਝੌਂਪੜੀਆਂ ਬਣੀਆਂ ਨੇ ਰਿਹਾਇਸ਼ ਵਾਲੀ ਇਹ ਹਾਲਤ ਹੈ ਇਹਦਾ ਮਤਲਬ ਕੀ ਬਣਿਆ ਕਿ 70 ਕਰੋੜ ਲੋਕਾਂ ਕੋਲ ਕੋਈ ਜ਼ਮੀਨ ਨਹੀਂ ਹੈਗੀ ਬਾਕੀ 60 ਕਰੋੜ ਲੋਕ ਰਹਿੰਦੇ ਨੇ ਤਾਂ 60 ਕਰੋੜ ਲੋਕਾਂ ਕੋਲ ਜ਼ਮੀਨ ਦਾ ਹਿੱਸਾ ਉਹ 40 ਕਰੋੜ ਹਿੱਸੇ 'ਚ ਕਿਵੇਂ ਵੰਡਿਆ ਏਕੜ 'ਚ ਕਿਵੇਂ ਵੰਡਿਆ ਹੋਇਆ ਉਹ ਮੈਂ ਰੱਖਣਾ ਚਾਹੁੰਦਾ ਕਿ ਜਿਹੜੇ 35 ਕਰੋੜ ਲੋਕ ਨੇ 5 ਕਿੱਲੇ ਤੋਂ ਲੈ ਕੇ 15 ਕਿੱਲੇ ਤੱਕ ਜ਼ਮੀਨ ਉਹਨਾਂ ਕੋਲ ਹੈ
पांच किले दो किले तो लैके पंद्रह किले तक जमीन उन्होंने है। पैंती करोड़ लोग ने, 105 करोड़ बंदे बन जाते हैं, तो जो 10 करोड़ लोग ने उन्हों को 15 किले तो लैके 30 किले तक जमीन है, ये बंदे साढ़े 115 करोड़ बन जाते हैं। तो जमीन का जड़ी फोन जो हो गया वह 90% हिस्सा वंडिया जाता है, तो जरा बहुत जो बाकी हिस्सा है वो बाकी 15 करोड़ लोगों को। असं स्टेज तो साफ करना चाहते हैं, साढ़े पुरखे गदरी बाबे कूका लहर भग सराबे जो जराबी नहीं लड़े सी, तो इस करके लड़े सी कि जमीन मुड़ बंडांगे सारे च। समस्या कितने बनी है, मैं पंजाब का वसनीक है, बादल को 5,05,000 एकड़ जमीन है, जाखड़ को 1,000 एकड़ जमीन है, बुराड़ा को 1,000 एकड़ जमीन है, कैप्टन को 1,000 एकड़ जमीन है। इत्थे यूपी च दो दो रेलवे स्टेशन लंघ जांदे, मध्य प्रदेश च एक एक मुखिया को दो दो रेलवे स्टेशन लंघ जांदे, इहदा मतलब की बनिया जमीन का 50% हिस्सा अगे 15 करोड़ लोगों को जो मोदी के यार ने मोदी ने फिट पे ने उस जमीन नहीं मोदी छेड़ता, उस जमीन मोदी नहीं छेड़ता। जोड़े 90% लोग जमीन वाह रहे ने दो किले वाले, उस जमीन उत्ते कानूनी अटैक किया, तो स्टेज तू सानी मोदी वारने गया साढ़े पुरखे साढ़े गदरी बाबे साढ़े करतार सराबे के साढ़े भगत सिंह होनी कह गए सी कि जमीन वंडा गए, तो स्टेज तू मोदी असं चैलेंज करते हैं, तू साढ़े को 2 किले खो रहे हैं, तू साढ़े को 3 किले खो रहे हैं, कोपरेटर दे रहा घरानिया, तू साढ़े को 5 किले खो रहे हैं, असी तेरे मित्रों की जमीन वाला साड़ी अख हूं आल इतने बैठा जरा ए नहीं बैठे, असी तेरे मित्रों की जमीन वाली भी अख आई असी अभी खोवे लवोंगे आ जमीन जी है अभी भी राखी करोंगे, वो भी साड़ी जमीन है साढ़े भारत के लोगों की है, असी मुड़ वंडनी चाहते हैं। आजादी तो ही है ना, 130 करोड़ लोग हैं, सबका साथ सबका विकास तो ही होगा ना, जो जमीन मुड़ वंटी जाए तो जे अज बन दी जाए तो मोदी साहब भारत 130 करोड़ लोगों को पर 5 मिनट की कमेटी बना के परिवार की 17-17 किले अज भी जमीन आँदी, अज भी पर परिवार को सेरे तेरा GDP वाजेगा, सारे संसार चू तगड़े हो जाएंगे, तेनू सांगाजियां गाड़ी कौली लैके जाने की लड़ नहीं पेगी, तेनू कॉपरेटर गाड़ी कौली लैके जाने की लड़ नहीं पेगी, ते भारत के लोगों को कुल जमीन वंड के सारे भारत को तगड़ा कर देंगे, GDP उत्ते चुके ला जाएंगे। पर अफसोस है, अफसोस है, तू जिन्हों के हाथी खेल रहे हैं सांगाजी का टाउट बने, अडानी बानी का टोट बनया, ये बहुता चर चलन ही देना, असी साडे बच्चे बड़िया डिग्रियां हाथ पा रहे ने बद पड़े हुए ने, ता ही अज इस स्टेज पर कुल IAS अफसर साढ़े कोल भी मेहनत कर रहे ने, कुल सुप्रीम कोर्ट के वकील साढ़े कोल भी मेहनत कर रहे ने, कुल सबका जज साडे कोल दी मेहनत कर रहे ने, कुल अर्थशास्त्र साडे कोल दी मेहनत कर रहे ने। फिर मोदी तेरी एक ही गल है, तू जिहड़ा कहना मैं ना मानू रे मनावांगे, लंबा हो सकदा घोड़ा अगे जा सकदा घोड़ा, ये सब कुछ नूं ठीक करांगे, जित के जावांगे, सारे कानून भी रद्द करांगे, ते नाल ही
अगली जी गल है अगली जमीन पर भी साड़ी अख है एक कि अख ना है ना समझे ऊे तू मैं कहते हैं कोई हिचकिचाट नहीं आ गया भारत अंदर जिस भारत का मैं वसनीक है उस भारत अंदर वड्डा हिस्सा कोपरेट घराने चलूँ जमीन खोल ली तो साम्राज्यों को जरा ग्रीन हंट से अटैक किया होया भारत उत्ते जरा अंग्रेजों ने नहीं छेड़िया जरा मुगलों ने नहीं छेड़िया किसी ने नहीं छेड़िया उन्होंने ग्रीन बैल्ट वाले तो अच्छ साम्राज्य ने कह देते उत्ते अटैक किया होया ये भी जमीनी एक लड़ाई है तो अटैक दे गड़ी साढ़े नौजवान वीरे साढ़े बजुर्ग वो सारे लड़ रहे ने तो भारत को लड़ाई चाह ले तो मैं बेनती करदा थोड़े गड़ी वीरो अकड़ा तो थकना नहीं चाहिए सानू लड़ाई नू लम्मे दा तू जितना दुश्मन चाल चलता है दुश्मन दे चालां नू समझ लिया थोड़ा संयुक्त मोर्चा बहुत वधिया तरीके नाल घोल नू चला रहा है घोल अगे जा रहा है ठीक है साड़ी कणक पक्की है सैट कर लांगे पिंडां दी ड्यूटियां लातियां असीं कि सारे जने कणक इक दूजे दे सांझे तौर ते वड्डांगे जिहड़े इत्थे बैठे होणगे सो इस करके इत्थों दे प्रबंध नू साडा चैलेंज है भाई लड़ाई तू जिन्नी मर्जी लंबी कर ला लीडे छप जा साडी गल करन तों शर्म चमदी है पर असीं लड़ाई जित के जाणी है थरमे नाल जित्तांगे इन्ना कुछ कहिंदा आस करदा दोस्तों कि जिन्ना साडा दिमागी विकास होएगा उन्ना एक होर तगड़ा होएगा तो जिन्ना साडा ये शांतमई घोर होएगा उन्ना कोल असी जित्तांगे इन्ना कुछ कहिंदा है जय जनता जित लड़दे लोकां दी मैं एक दो एक दो नारे बुलंद करूंगा उम्मीद है जिहड़े मोदी विरोधी ने वह दोवें बाहां खड़ियां करके नारा बुलंद करनगे मोदी सरकार मुर्दाबाद काले कानून रद्द करो काले कानून रद्द करो साम्राज्यवाद मुर्दाबाद साम्राज्यवाद मुर्दाबाद जा जनता जत लोगों की धन्यवाद जी मेरे